ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਅਦਬੀ ਮਾਮਲਿਆਂ ਦੇ ਵਿੱਚ ਵੱਡੇ ਸਬੂਤ ਹੱਥ ਲੱਗਣ ਦਾ ਦਾਵਾ ਕੀਤਾ ਹੈ। ਹੁਸ਼ਿਆਰਪੁਰ ਦੇ ਵਿੱਚ ਵਣ ਮਹਾਉਤਸਵ ਸਮਾਗਮ 'ਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਗਾੜੀ ਬੇਅਦਬੀ ਤੇ ਫਿਰ ਉਸ ਤੋਂ ਬਾਅਦ ਵਾਪਰੀ ਗੋਲੀ ਕਾਣ ਨੂੰ ਲੈ ਕੇ ਬਿਆਨ ਦਿੰਦਿਆਂ ਕਿਹਾ ਕਿ ਸਾਡੇ ਹੱਥ ਬੇਅਦਬੀ ਨਾਲ ਜੁੜੇ ਵੱਡੇ ਸਬੂਤ ਲੱਗੇ ਨੇ। ਪਹਿਲਾਂ ਡਰ ਦੇ ਮਾਰੇ ਕੋਈ ਬੋਲਦਾ ਹੀ ਨਹੀਂ ਸੀ ਪਰ ਇਹ ਲੂੰ ਕੰਡੇ ਖੜੇ ਕਰਨ ਵਾਲੇ ਦਸਤਾਵੇਜ਼ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਤੁਸੀਂ ਹੈਰਾਨ ਹੋ ਜਾਓਗੇ ਕਿ ਕੋਈ ਇਸ ਹੱਦ ਤੱਕ ਵੀ ਜਾ ਸਕਦਾ ਸੀਐਮ ਆਨੇ ਕਿਹਾ ਕਿ ਬੇਅਦਬੀ ਤਾਂ ਹੀ ਰੁਕੂਗੀ ਜਦੋਂ ਮਿਸਾਲੀ ਸਜ਼ਾ ਮਿਲੂਗੀ ਪਹਿਲਾਂ ਦੋਸ਼ੀਆਂ ਨੇ ਆਪ ਹੀ ਜਾਂਚ ਕੀਤੀ ਸੀ ਇਸ ਕਰਕੇ ਤੁਸੀਂ ਸਮਝ ਸਕਦੇ ਹੋ ਕਿ ਉਹ ਜਾਂਚ ਕਿੱਧਰ ਨੂੰ ਗਈ ਹੋਣੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੀਐਮ ਆਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਮ ਲਏ ਤੋਂ ਬਿਨਾ ਉਹਨਾਂ ਤੇ ਵੱਡੇ ਨਿਸ਼ਾਨੇ ਸਾਧਿਆ ਕਿਹਾ ਕਿ ਮਾਫੀ ਭੁੱਲਾਂ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ ਜੇ ਜਾਣ ਬੁਝ ਕੇ ਗਲਤੀਆਂ ਕੀਤੀਆਂ ਜਾਂਦੀਆਂ ਨੇ ਤਾਂ ਉਹ ਗੁਨਾਹ ਹੁੰਦਾ ਹੈ ਸੀਐਮ ਨੇ ਕਿਹਾ ਕਿ ਸਾਡੇ ਇੱਥੇ ਤਿੰਨ ਤਰ੍ਹਾਂ ਦੀਆਂ ਅਦਾਲਤਾਂ ਨੇ ਇੱਕ ਕਾਨੂੰਨ ਦੀ ਇੱਕ ਰੱਬ ਦੀ ਤੇ ਇੱਕ ਲੋਕਾਂ ਦੀ ਰੱਬ ਤੇ ਲੋਕਾਂ ਦੀ ਅਦਾਲਤ ਨੇ ਇਹਨਾਂ ਨੂੰ ਸਜ਼ਾ ਦਿੱਤੀ ਹੈ ਛੇਤੀ ਅਦਾਲਤ ਵੀ ਸਜ਼ਾ ਦੇ ਦੇਵੇਗੀ ਅਸੀਂ ਬੇਅਦਬੀ ਦਾ ਇਨਸਾਫ ਦਿਵਾਉਣ ਦਾ ਵਾਅਦਾ ਜ਼ਰੂਰ ਪੂਰਾ ਕਰਾਂਗੇ ਕਿ ਸਾਡੇ ਗੁਰੂ ਸਾਹਿਬ ਦੀ ਜੋ ਬੇਅਦਬੀ ਹੋਈ ਹੈ ਗਲੀਆਂ ਚ ਰੋਲੀ ਹੈ ਬਾਣੀ ਉਹਦਾ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਉਹਦੀ ਉਹਦੇ ਦੋਸ਼ੀਆਂ ਨੂੰ ਹੁਣ ਕਰੀਏ ਕੀ ਦੋਸ਼ੀਆਂ ਨੇ ਤਾਂ ਆਪ ਹੀ ਜਾਂਚ ਕੀਤੀ ਹੈ ਲੋਕਾਂ ਨੇ ਤਾਂ ਸਜ਼ਾ ਦੇ ਰੱਖੀ ਹੈ ਨਾ ਪਹਿਲਾਂ ਹੀ ਤਿੰਨ ਕਚਹਿਰੀਆਂ ਹੁੰਦੀਆਂ ਨੇ ਦੋਸਤੋ ਇੱਕ ਲੋਕਾਂ ਦੀ ਇੱਕ ਰੱਬ ਦੀ ਟਿਕਾ ਜਿਹੜੀਆਂ ਆਮ ਕਚੈਰੀਆਂ ਨੇ ਲੋਕਾਂ ਵਾਲੀ ਤੇ ਰੱਬ ਵਾਲੀ ਕਚੈਰੀ ਚ ਤਾਂ ਉਹਨਾਂ ਨੇ ਸਜ਼ਾ ਦੇ ਰੱਖੀ ਐ ਲੋਕਾਂ ਨੇ ਵੀ ਦੇਤੀ ਰੱਬ ਨੇ ਵੀ ਦੇਤੀ ਆਹ ਕਚੈਰੀਆਂ ਜਿਹੜੀਆਂ ਨੇ ਉਹਦੇ ਚ ਚਲੋ ਠੀਕ ਐ ਵਕੀਲ ਮਹਿੰਗੇ ਕਰ ਲੋਂਗੇ ਗਵਾਹਾਂ ਨੂੰ ਇੱਧਰ ਉੱਧਰ ਕਰ ਲੋਂਗੇ ਕੁਝ ਕਰ ਲੋਂਗੇ ਜਗਾੜ ਪਰ ਜਦੋਂ ਐਵੀਡੈਂਸ ਇਕੱਠੇ ਹੋ ਗਏ ਇਹ ਸਾਡਾ ਵਾਅਦਾ ਕੀਤਾ ਹੋਇਆ ਮੇਰਾ ਵੀ ਤੁਹਾਡੇ ਨਾਲ ਵਾਅਦਾ ਹੈ ਕਿ ਉਹਨਾਂ ਵਾਲੇ ਚੰਦ ਦਿਨਾਂ ਦੇ ਵਿੱਚ ਸਾਡੇ ਕੋਲੇ ਨਵੇਂ ਕੁਝ ਦਸਤਾਵੇਜ਼ ਤਿਆਰ ਹੋਏ ਨੇ ਲੂਹ ਕੰਡੇ ਖੜੇ ਕਰਨ ਵਾਲੇ ਨੇ ਸੋਚ ਹੀ ਨਹੀਂ ਸਕਦੇ ਆਪਾਂ ਕਿ ਇੰਨੇ ਵੀ ਕੋਈ ਬੰਦੇ ਗਿਰ ਸਕਦੇ ਆ ਕਿ ਆਪਦੇ ਗੁਰੂ ਗਲੀਆਂ ਤੇ ਰੋਲਣ ਵਾਸਤੇ ਤਿਆਰ ਹੋ ਜਾਣ ਜਾਂ ਵੋਟਾਂ ਵਾਸਤੇ ਕੁਝ ਵੀ ਕਰਨ ਤਿਆਰ ਹੋ ਜਾਣ ਤੇ ਹੁਣ ਮਾਫੀ ਮੰਗਦੇ ਫਿਰਦੇ ਆ ਉੱਥੇ ਹੁਣ ਉਹ ਪਹਿਲਾਂ ਵਾਲੇ ਵੀ ਦੂਜਾ ਜਿਹੜਾ ਗਰੁੱਪ ਹੈ ਉਹ ਵੀ ਕਹਿੰਦੇ ਆ ਸਾਡੀ ਗਲਤੀ ਹੋ ਗਈ ਸਾਥੋ ਬੋਲਿਆ ਨਹੀਂ ਗਿਆ 8 ਸਾਲ ਪਹਿਲਾਂ ਦੀ ਗੱਲ ਹੈ بولਿਆ ਨਹੀਂ ਗਿਆ ਇਹਦਾ ਕੀ مطلب ਹੋ ਗਿਆ ਜੀ ਇਸ ਮੌਕੇ ਸੀਐਮ ਮਾਨ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਝੂਠੇ ਕੇਸ ਪਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਨ ਦਾ ਸੈਂਟਰ ਸਰਕਾਰ ਤੇ ਇਲਜ਼ਾਮ ਲਾਇਆ ਤੇ ਨਾਲ ਹੀ ਬੰਗਲਾਦੇਸ਼ ਦੀ ਉਦਾਹਰਨ ਦਿੱਤੀ ਕਿ 15 ਸਾਲ ਤੁਸੀਂ ਰਾਜ ਕਰ ਸਕਦੇ ਹੋ ਤੁਸੀਂ 5 ਸਾਲ ਰਾਜ ਕਰੋਗੇ 10 ਕਰੋਗੇ 15 ਕਰੋਗੇ ਤੇ 20 ਕਰੋਗੇ ਜੇ ਤੁਸੀਂ ਲੋਕਾਂ ਨੂੰ ਤਾਨਾशाही ਦਿਖਾਈ ਤਾਂ ਫਿਰ ਹਾਲ ਬੰਗਲਾਦੇਸ਼ ਵਾਲੇ ਹੋਣਾ ਹੈ ਕਹਿੰਦੇ ਦੇਖ ਲਓ ਇੱਕ ਦਿਨ ਪਹਿਲਾਂ ਬੰਗਲਾਦੇਸ਼ ਦੇ ਵਿੱਚ ਕੀ ਹੋਇਆ ਸ਼ੇਖ ਹਸੀਨਾ ਵਾਂਗੂ ਤੁਹਾਨੂੰ ਵੀ ਕਿਤੇ ਮਿੰਟਾਂ ਘੰਟਾਂ ਚ ਮੁਲਕ ਨਾ ਛੱਡਣਾ ਪੈ ਜਾਵੇ ਇਸ ਕਰਕੇ ਕੰਮ ਕਰੋ ਤਾਨਾਸ਼ਾਹੀ ਨਹੀਂ सीएम मान ਨੇ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਇੱਕ ਸਲਾਹ ਦਿੱਤੀ ਅਪੀਲ ਕੀਤੀ ਕਿ ਮੁਫਤ ਬਿਜਲੀ ਵਰਤਣ ਵਾਲੇ ਕਿਸਾਨ ਆਪਣੇ ਖੇਤ ਵਿੱਚ ਆਪਣੀ ਮੋਟਰ ਦੇ ਕੋਲੇ ਘੱਟੋ-ਘੱਟ 4 ਰੁੱਖ ਲਾਉਣ ਜੇ ਕਹਿੰਦੇ ਤੁਸੀਂ ਗੱਲ ਨਾ ਮੰਨੀ ਲੋਡ ਪੈ ਗਈ ਤਾਂ ਅਸੀਂ ਇਸ ਦਾ ਕਾਨੂੰਨ ਵੀ ਬਣਾ ਸਕਦੇ ਹਾਂ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਚੇਤਾਵਨੀ ਭਰੇ ਲਹਿਜ਼ੇ ਦੇ ਵਿੱਚ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਹਰੇਕ ਕਿਸਾਨ ਆਪਣੇ ਖੇਤ ਦੇ ਵਿੱਚ ਕਟੋਕਟਰ ਰੁਖ ਚਾਰ ਜ਼ਰੂਰ ਲਾਏ ਜੇ ਨਹੀਂ ਲਾਦਾ ਤਾਂ ਫਿਰ ਅਸੀਂ ਕਾਨੂੰਨ ਲਿਆਉਣ 'ਚ ਦੇਰੀ ਨਹੀਂ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਣ ਮਹੌਤਸਵ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਲੁਧਿਆਣਾ ਦੀ ਪੁਲਿਸ ਅਕੈਡਮੀ ਫਿਲੌਰ ਪਹੁੰਚੇ ਤੇ 3443 ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਇਸ ਮੌਕੇ ਸੀਐਮ ਨੇ ਕਿਹਾ ਕਿ ਇਸ ਭਰਤੀ ਦੇ ਨਾਲ ਪੁਲਿਸ ਦੇ ਵਿੱਚ ਕੁੱਲ 10000 ਨਵੇਂ ਬੱਚੇ ਭਰਤੀ ਹੋ ਜਾਣਗੇ ਸੀਐਮ ਨੇ ਦਾਵਾ ਕੀਤਾ ਕਿ ਹੁਣ ਤੱਕ ਉਹਨਾਂ ਦੀ ਸਰਕਾਰ ਨੇ 43250 ਨੌਕਰੀਆਂ ਦੇ ਦਿੱਤੀਆਂ ਨੇ ਪੂਰੇ ਦੇ ਵਿੱਚ ਪੰਜਾਬ ਪੁਲਿਸ ਦੀ ਸਭ ਤੋਂ ਵੱਧ ਤਨਖਾਹ ਹੈ ਪੰਜਾਬ ਪੁਲਿਸ ਨੂੰ ਕਹਿੰਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਅਸੀਂ ਲੈਸ ਕਰਾਂਗੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਇੱਕ ਹੋਰ ਵੱਡਾ ਦਾਵਾ ਕਰਦੇ ਕਿਹਾ ਕਿ 2.5 ਸਾਲਾਂ ਦੇ ਕਾਰਜਕਾਲ ਦੇ ਵਿੱਚ ਕੁੱਲ 19 ਟੋਲ ਪਲਾਜ਼ੇ ਅਸੀਂ ਹੁਣ ਤੱਕ ਬੰਦ ਕਰ ਦਿੱਤੇ ਨੇ ਤੇ ਪੰਜਾਬੀਆਂ ਦਾ ਇੱਕ ਦਿਨ ਦਾ 63 ਲੱਖ ਰੁਪਏ ਇਹਨਾਂ ਦੇ ਨਾਲ ਬਚ ਰਿਹਾ ਹੈ ਸੀਐਮ ਨੇ ਕਿਹਾ ਕਿ ਐਸਐਸਐਫ ਯਾਨੀ ਕਿ ਸੜਕ ਸੁਰੱਖਿਆ ਫੋਰਸ ਦੀ ਪੂਰੇ ਦੇਸ਼ ਦੇ ਵਿੱਚ ਚਰਚਾ ਹੋ ਰਹੀ ਹੈ ਤਰੀਫ ਹੋ ਰਹੀ ਹੈ ਦੂਸਰੇ ਸੂਬਿਆਂ ਦੇ ਮੁੱਖ ਮੰਤਰੀ ਵੀ ਸਾਡੀ ਐਸਐਸਐਫ ਦੀ ਜਾਣਕਾਰੀ ਲੈ ਰਹੇ ਨੇ 5 ਮਹੀਨਿਆਂ ਦੇ ਸਸਫ ਨੇ ਹੁਣ ਤੱਕ 1200 ਤੋਂ ਵੱਧ ਲੋਕਾਂ ਦੀ ਜਾਨ ਬਚਾਈ ਹੈ ਦਰਅਸਲ ਪਿਛਲੇ ਮਹੀਨਿਆਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੜਕ ਸੁਰੱਖਿਆ ਫੋਰਸ ਨੂੰ ਮੈਦਾਨ ਦੇ ਵਿੱਚ ਲਿਆਂਦਾ ਸੀ ਉਹਨਾਂ ਨੂੰ ਆਧੁਨਿਕ ਗੱਡੀਆਂ ਦਿੱਤੀਆਂ ਗਈਆਂ ਨੇ ਅਤੇ ਸੜਕਾਂ ਦੇ ਉੱਤੇ ਲੋਕ ਨਿਯਮਾਂ ਦੀ ਪਾਲਣਾ ਕਰਨ ਨਿਯਮਾਂ ਦੀ ਪਾਲਣਾ ਕਰਦੇ ਕਰਦੇ ਸੁਰੱਖਿਅਤ ਰਹਿਣ ਕੋਈ ਵੀ ਲਾਪਰਵਾਹੀ ਨਾ ਕਰੇ ਉਹਨਾਂ ਸਾਰੀਆਂ ਗੱਲਾਂ ਦੇ ਲਈ ਐਸਐਸਐਫ ਹੋਂਦ ਵਿੱਚ ਲਿਆਂਦੀ ਗਈ ਸੀ ਤੇ ਇਸ ਦੇ ਚੰਗੇ ਨਤੀਜੇ ਮਿਲਣ ਦਾ ਦਾਵਾ ਸੀਐਮ ਨੇ ਕੀਤਾ ਹੈ 25 ਸਾਲ ਤੋਂ ਪੰਜਾਬ ਪੁਲਿਸ ਦੀ ਨਫਰੀ 80000 ਹੈ 25 ਸਾਲ ਤੋਂ 2001 2000 ਦੇ ਵਿੱਚ ਵੀ 80000 ਸੀਗਾ ਅੱਜ ਵੀ 80000 ਹੈ ਉੱਤੋਂ ਬਾਰਡਰ ਨਲ ਰਿਲੇਟਡ ਜ਼ਿੰਮੇਵਾਰੀਆਂ ਵਧ ਗਈਆਂ ਉਧਰ ਜਾਣਾ ਪੈਂਦਾ ਉੱਤੋਂ ਹੈ ਪਾਪੂਲੇਸ਼ਨ ਵਧ ਗਈ ਇੱਧਰ ਜਾਣਾ ਪੈਂਦਾ ਉੱਪਰੋਂ ਕ੍ਰਾਈਮ ਵਧ ਗਿਆ ਟੈਕਨੋਲੋਜੀ ਵਧ ਗਈ ਕ੍ਰਿਮੀਨਲਾਂ ਕੋਲੇ ਵੀ ਲੇਟਸ ਹਥਿਆਰ ਆ ਗਏ ਉਹਨਾਂ ਦੇ ਪਿੱਛੇ ਜਾਣਾ ਪੈਂਦਾ ਪਰ ਨਾਫਰੀ ਹੱਸੀ ਜਾ ਰਹੀ ਹੈ ਚਲੋ ਐਸਐਸਐਫ ਨਾਲ ਸੜਕਾਂ ਵਾਲਾ ਕੰਮ ਥੋੜਾ ਜਿਹਾ ਚਲੋ ਥੋੜਾ ਜਿਹਾ ਸਿਵਲ ਪੁਲਿਸ ਜਿਹੜੀ ਦੂਜੀ ਥਾਣੇ ਵਾਲੀ ਪੁਲਿਸ ਹੈ ਉਤੋਂ ਘਟ ਗਿਆ ਪਰ ਥਾਣਿਆਂ 'ਚ ਵੀ ਪੁਰਸੇਨੀ ਹੁਣ ਵੀਏਪੀ ਡਿਊਟੀਆਂ ਤੇ ਲੱਗਿਆ ਕੋਈ 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 ਨਹਿਰ ਚ লাশ ਤੁਰ ਜਾਂਦੀ ਆ ਉੱਥੇ ਉੱਥੇ লাশ ਕੱਢਣ ਗਏ ਹੋਏ ਨੇ ਹਨਾ ਕੋਈ ਸੰਮਣ ਲੈ ਕੇ ਗਿਆ ਹੋਇਆ ਜੀ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਹੁਣ ਫਾਈਨ ਟਿਊਨ ਕਰ ਰਹੇ ਆ ਪੰਜਾਬ ਪੁਲਿਸ ਦੇ ਵਿੱਚ 10000 ਨਵੀਆਂ ਸਾਮੀਆਂ ਪੇਟ ਕਰ ਰਹੇ ਹਨ ਜੀ ਪੰਜਾਬ ਸਰਕਾਰ ਨੇ ਦੋ ਹੋਰ ਟੋਲ ਪਲਾਜ਼ਾ ਬੰਦ ਕਰ ਦਿੱਤੇ ਨੇ ਇਸ ਦੀ ਜਾਣਕਾਰੀ ਪੰਜਾਬ ਦੇ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਦਿੱਤੀ ਮੰਤਰੀ ਈਟੀਓ ਨੇ ਕਿਹਾ ਕਿ ਸਟੇਟ ਹਾਈਵੇ ਪਟਿਆਲਾ ਨਾਬਾ ਮਲੇਰ ਕੋਟਲਾ ਤੇ ਸਥਿਤ ਦੋ ਟੋਲ ਪਲਾਜ਼ੇ 5 ਅਗਸਤ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੇ ਗਏ ਨੇ ਫੀਸ ਦੀ ਵਸੂਲੀ ਲੰਗੀ ਰਾਤ ਬੰਦ ਕਰ ਦਿੱਤੀ ਗਈ ਹੈ ਨਾ ਦੋਵੇਂ ਟੋਲ ਪਲਾਜ਼ਿਆਂ ਤੋਂ ਪ੍ਰਤੀ ਮਹੀਨਾ ਕੁੱਲ 87 ਲੱਖ ਰੁਪਏ ਹਾਸਲ ਹੁੰਦੇ ਸੀ ਤੇ ਇਹਨਾਂ ਦੇ ਬੰਦ ਹੋਣ ਨਾਲ ਸੂਬੇ ਭਰ ਦੇ ਵਿੱਚ ਪਈ ਟੋਲ ਪਲਾਜ਼ਿਆਂ ਦੀ ਕੁੱਲ ਗਿਣਤੀ 19 ਹੋ ਗਈ ਹੈ ਤੇ ਇਹਨਾਂ ਮਾਰਗਾਂ ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਰੋਜ਼ਾਨਾ 66 ਲੱਖ 76 ਹਜ਼ਾਰ ਰੁਪਏ ਦੀ ਬਚਤ ਹੁੰਦੀ ਹੈ ਦਾਵਾ ਮੰਤਰੀ ਜੀ ਨੇ ਕੀਤਾ ਹੈ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਸੰਸਦ ਦੇ ਵਿੱਚ ਜਿਹੜੀ ਸਰਬ ਪਾਰਟੀ ਮੀਟਿੰਗ ਸੱਦੀ ਸੀ ਉਸ ਦੀ ਜਾਣਕਾਰੀ ਦਿੱਤੀ ਬੰਗਲਾਦੇਸ਼ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਸਾਰੀਆਂ ਪਾਰਟੀਆਂ ਦੇ ਸਰਬਸੰਮਤ ਸਮਰਥਨ ਦੇ ਲਈ ਉਹਨਾਂ ਦੀ ਸ਼ਲਾਘਾ ਵੀ ਕੀਤੀ ਜੈ ਸ਼ੰਕਰ ਨੇ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਗੁਆਂਡੀ ਦੇਸ਼ ਤੇ ਮੌਜੂਦਾ ਹਾਲਾਤਾਂ ਤੇ ਇਸ ਤੇ ਭਾਰਤ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਦੱਸਿਆ। ਸਭ ਤੋਂ ਪਹਿਲਾਂ ਸ਼ੇਖ ਹਸੀਨਾ ਬਾਰੇ ਸੰਸਦ ਵਿੱਚ ਜਾਣਕਾਰੀ ਦੰਨਿਆ ਦੱਸਿਆ ਕਿ ਸ਼ੇਖ ਹਸੀਨਾ ਸਦਮੇ ਵਿੱਚ ਹੈ ਇਸ ਕਰਕੇ ਅਸੀਂ ਉਹਨਾਂ ਨੂੰ ਗੱਲਬਾਤ ਕਰਨ ਦੇ ਲਈ ਹਲੇ ਹੋਰ ਸਮਾਂ ਦੇ ਰਹੇ ਹਾਂ ਉਹ ਆਪਣੇ ਭਵਿੱਖ ਦਾ ਫੈਸਲਾ ਜ਼ਾਹਿਰ ਤੌਰ ਤੇ ਖੁਦ ਲਵੇਗੀ ਸੋਮਵਾਰ ਨੂੰ ਕਹਿੰਦੇ ਅਚਾਨਕ ਉਹਨਾਂ ਨੇ ਭਾਰਤ ਵਿੱਚ ਆਉਣ ਦੀ ਅਪੀਲ ਕੀਤੀ ਸੀ ਤੇ ਸ਼ਾਮ ਨੂੰ ਪਹੁੰਚ ਗਏ ਸਨ ਜੈ ਸ਼ੰਕਰ ਨੇ ਦਾਵਾ ਕੀਤਾ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਹ ਚਿੰਤਾ ਦੀ ਗੱਲ ਹੈ ਹਿੰਸਾ ਨੂੰ ਦੇਖਦਿਆਂ ਹੀ ਕਹਿੰਦੇ ਹਸੀਨਾ ਭਾਰਤ ਪਹੁੰਚੀ ਸੀ at very short notice she requested approval to come for the moment to india we simultaneously received a request for flight clearance from bangladesh authorities she arrived yesterday evening in delhi sj shankar ne dasya ki bharat ne bangladesh <laughs> di sabka pradhanmantri sheik hasina nu madad da parosa davan da unna nu puvik di ranneeti tay karan layi samay de deta hai ਜੈ ਸ਼ੰਕਰ ਨੇ ਇਹ ਵੀ ਕਿਹਾ ਕਿ ਬੰਗਲਾਦੇਸ਼ ਦੇ ਵਿੱਚ 19000 ਦੇ ਕਰੀਬ ਭਾਰਤੀ ਰਹਿੰਦੇ ਨੇ ਜਿਨ੍ਹਾਂ ਚੋਂ ਕਰੀਬ 9000 ਵਿਦਿਆਰਥੀ ਨੇ ਬਹੁਤ ਸਾਰੇ ਵਿਦਿਆਰਥੀ ਜੁਲਾਈ ਮਹੀਨੇ ਵਿੱਚ ਹੀ ਵਾਪਸ ਪਰਤ ਆਏ ਸੀ ਅਸੀਂ ਕਹਿੰਦੇ ਘਟਗਣ ਦੀਆਂ ਦੀ ਸਥਿਤੀ ਦੇ ਸੰਬੰਧ ਵਿੱਚ ਸਾਰੇ ਹਾਲਾਤਾਂ ਤੇ ਨਿਗਰਾਨੀ ਰੱਖ ਰਹੇ ਹਾਂ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਬੰਗਲਾਦੇਸ਼ੀ ਫੌਜ ਦੇ ਸੰਪਰਕ ਵਿੱਚ ਹਾਂ ਸਰਕਾਰ ਬੰਗਲਾਦੇਸ਼ ਦੇ ਹਾਲਾਤ ਤੇ ਨੇੜੇੋਂ ਨਜ਼ਰ ਰੱਖ ਰਿਹਾ ਹੈ ਸਾਡੀਆਂ ਸਰਹੱਦੀ ਸੁਰੱਖਿਆ ਬਲਾਂ ਨੂੰ ਗੁੰਜਲਦਾਰ ਸਥਿਤੀ ਦੇ ਵੀਡੀਓ ਵਿੱਚ ਵਿਸ਼ੇਸ਼ ਤੌਰ ਤੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਨੇ ਅਤੇ ਪਿਛਲੇ 24 ਘੰਟਿਆਂ ਤੋਂ ਰਾਜਧਾਨੀ ਬੰਗਲਾਦੇਸ਼ ਦੀ ਟਾਕਾ ਦੇ ਵਿੱਚ ਅਧਿਕਾਰੀਆਂ ਤੇ ਫੌਜ ਦੇ ਸੰਪਰਕ ਵਿੱਚ ਬਣੇ ਹੋਏ ਹਾਂ ਰਾਜ ਸਭਾ ਦੇ ਵਿੱਚ ਇਹ ਬਿਆਨ ਦੇਣ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੀ ਇਸੇ ਮੁੱਦੇ ਤੇ ਬੈਠਕ ਸੱਦੀ ਸੀ ਤੇ ਸਾਰੀਆਂ ਪਾਰਟੀਆਂ ਨੇ ਸਮਰਥਨ ਦਾ ਭਰੋਸਾ ਵੀ ਦਿੱਤਾ ਕੰਟੀਨਿਊਅਸ ਟੱਚ ਵਿਦ ਦ ਇੰਡੀਅਨ ਕਮਿਊਨਿਟੀ ਇਨ ਬੰਗਲਾਦੇਸ਼ ਥਰੂ ਆਰ ਡਿਪਲੋਮੈਟਿਕ ਮਿਸ਼ਨਸ there are an estimated 19000 indian nationals there of which about 9000 are students The bulk of the students, however, have already returned to India in the month of July <coughs> on the advice of the High Commission. In terms of our diplomatic presence, in addition to the High Commission in Dhaka, we have assistant High Commissions in Chittagong, Rajshahi, Khulna, and Silhet. ਉ더 ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖ ਕੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਤੇ ਚਿੰਤਾ ਜ਼ਾਹਿਰ ਕਰਦਿਆਂ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਤੇ ਮੰਦਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ। ਦਰਅਸਲ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਨਾਲ ਸਬੰਧਿਤ ਇਤਿਹਾਸਿਕ ਸਥਾਨ ਹੈ। ਪਿੱਛੇ ਜਿਹੇ ਹੀ ਭਾਰਤੀਆਂ ਨੂੰ ਉੱਥੇ ਜਿਹੜਾ ਹੈਗਾ ਵੀਜ਼ਾ ਲੈ ਕੇ ਹਰ ਸਾਲ ਦਰਸ਼ਨਾਂ ਲਈ ਜਾਣ ਦੀ ਇਜਾਜ਼ਤ ਮਿਲੀ ਸੀ। ਬੰਗਲਾਦੇਸ਼ ਦੀ ਗੱਲ ਕਰ ਲਈਏ ਤਾਂ ਉੱਥੇ ਰਾਸ਼ਟਰਪਤੀ ਮੁਹੰਮਦ ਸ਼ਹਾਬੁੱਦੀਨ ਨੇ ਆਦੇਸ਼ ਜਾਰੀ ਕਰਕੇ ਦੇਸ਼ ਦੀ ਸੰਸਦ ਨੂੰ ਭੰਗ ਕਰ ਦਿੱਤਾ ਹੈ ਵਿਦਿਆਰਥੀਆਂ ਨੇ 3 ਵਜੇ ਤੱਕ ਸੰਸਦ ਭੰਗ ਕਰਨ ਦਾ ਅਲਟੀਮੇਟਮ ਦਿੱਤਾ ਸੀ ਜਿਸ ਤੋਂ ਬਾਅਦ ਰਾਸ਼ਟਰਪਤੀ ਦਫ਼ਤਰ ਨੇ 3 ਵਜੇ ਤੋਂ ਪਹਿਲਾਂ ਹੀ ਨੋਟਿਸ ਕੱਢ ਦਿੱਤਾ ਜਿਦੇ ਵਿੱਚ ਦੱਸਿਆ ਗਿਆ ਕਿ ਤਿੰਨੇ ਫੌਜਾਂ ਦੇ ਮੁਖੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਸਿਵਲ ਸੁਸਾਇਟੀ ਦੇ ਨੁਮਾਇੰਦੇ ਅਤੇ ਵਿਦਿਆਰਥੀ ਸੰਘਰਸ਼ ਦੇ ਲੀਡਰਾਂ ਦੀ ਰਾਸ਼ਟਰਪਤੀ ਮੁਹੰਮਦ ਸਾਹ ਸ਼ਹਾਬੁੱਦੀਨ ਦੇ ਨਾਲ ਬੈਠਕ ਤੋਂ ਬਾਅਦ ਸੰਸਦ ਨੂੰ ਭੰਗ ਕਰਨ ਦਾ ਫੈਸਲਾ ਲਿਆ ਗਿਆ ਹੈ ਇਸੇ ਸਾਲ 7 ਜਨਵਰੀ ਨੂੰ ਚੋਣਾਂ ਤੋਂ ਬਾਅਦ ਇਹ ਸੰਸਦ ਦਾ ਗਠਨ ਹੋਇਆ ਸੀ ਰਾਸ਼ਟਰਪਤੀ ਨੇ ਇੱਕ ਹੁਕਮ ਜਾਰੀ ਕਰਕੇ ਬੀਐਨਪੀ ਲੀਡਰ ਖਾਲਦਾ ਜ਼ੀਆ ਜੋ ਕਿ ਦੇਸ਼ ਦੀ ਸਾਹਿਬ ਦਾ ਪ੍ਰਧਾਨ ਮੰਤਰੀ ਹੈ ਉਹਨਾਂ ਸਮੇਤ ਵਿਰੋਧੀ ਧਿਰ ਦੇ ਕਈ ਹੋਰ ਲੀਡਰਾਂ ਨੂੰ ਵੀ ਜੇਲ੍ਹ ਚ ਰਿਹਾ ਕਰ ਦਿੱਤਾ ਬੰਗਲਾਦੇਸ਼ ਦੀ ਪ੍ਰਮੁੱਖ ਵਿਰੋਧੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਯਾਨੀ ਕਿ ਬੀਐਨਪੀ ਦੇ ਮੁਖ ਸਖਤਰ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ ਨੇ ਕਿਹਾ ਕਿ ਜੇ ਮੰਗਲ ਦੁਪਹਿਰੇ ਮੰਗਲਵਾਰ ਦੁਪਹਿਰੇ 3 ਵਜੇ ਤੱਕ ਅੰਤਰਿਮ ਸਰਕਾਰ ਦਾ ਗਠਨ ਨਾ ਕੀਤਾ ਗਿਆ ਤਾਂ ਦੇਸ਼ ਵਿੱਚ ਸਿਆਸੀ ਖਲਾਅ ਪੈਦਾ ਹੋ ਸਕਦਾ ਹੈ ਹਾਲਾਂਕਿ 3 ਵਜੇ ਤੱਕ ਦਾ ਸਮਾਂ ਲੰਘ ਚੁੱਕਿਆ ਬਠਿੰਡਾ ਤੋਂ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਸਿਵਲ ਐਵੀਏਸ਼ਨ ਮੰਤਰੀ ਨੂੰ ਚਿੱਠੀ ਲਿਖ ਕੇ ਬਠਿੰਡਾ 에ਅਰਪੋਰਟ ਨੂੰ ਅਪਗ੍ਰੇਡ ਕਰਨ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਬਠਿੰਡੇ ਨੂੰ ਕਮਾਂਤਰੀ 에ਅਰਪੋਰਟ ਬਣਾਇ ਲੋਕਾਂ ਦਾ ਫਾਇਦਾ ਹੋਵੇਗਾ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਲੋਕ ਵੀ ਸ਼ਾਮਿਲ ਨੇ ਕਿਉਂਕਿ ਵੱਡੀ ਗਿਣਤੀ ਵਿੱਚ ਇਹਨਾਂ ਤਿੰਨੇ ਸੂਬਿਆਂ ਦੇ ਹੀ ਨੌਜਵਾਨ ਕੈਨੇਡਾ ਗਏ ਹੋਏ ਨੇ ਬਠਿੰਡਾ ਤੋਂ ਹਜ਼ੂਰ ਸਾਹਿਬ ਦੇ ਲਈ ਸਿੱਧੀ ਫਲਾਈਟ ਸ਼ੁਰੂ ਕਰਨ ਦੀ ਮੰਗ ਕਰਦੇ ਆ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹਦੇ ਨਾਲ ਤਕਸਰੀ ਦਮਦਮਾ ਸਾਹਿਬ ਅਤੇ ਤਕਸਰੀ ਹਜ਼ੂਰ ਸਾਹਿਬ ਨੂੰ ਸਿੱਧਾ ਜੋੜਿਆ ਜਾ ਸਕੇਗਾ ਤੇ ਬਠਿੰਡਾ ਹਵਾਈ ਅੱਡੇ ਨੂੰ ਅਪਗ੍ਰੇਡ ਕਰਨ ਦੀ ਮੰਗ ਦੇ ਨਾਲ-ਨਾਲ ਹਰਸਿਮਰਤ ਕੌਰ ਬਾਦਲ ਨੇ ਬਠਿੰਡੇ ਤੋਂ ਕੈਨੇਡਾ ਦੇ ਲਈ ਸਿੱਧੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ ਇਹਦੇ ਨਾਲ ਵਿਦੇਸ਼ਾਂ ਦੇ ਵਿੱਚ ਪੜ ਰਹੇ ਪੰਜਾਬੀ ਵਿਦਿਆਰਥੀਆਂ ਦੇ ਨਲਨੋਂ ਦੇ ਪਰਿਵਾਰਾਂ ਨੂੰ ਵੀ ਕਹਿੰਦੇ ਸਹੂਲਤ ਮਿਲੇਗੀ ਹਰਸਿਮਰਤ ਕੌਰ ਬਾਦਲ ਨੇ ਤਰਕ ਦਿੱਤਾ ਕਿ ਬਠਿੰਡੇ ਦੀ ਮਹੱਤਤਾ ਭੂਗੋਲਿਕ ਸੀਮਾਵਾਂ ਤੋਂ ਵੀ ਪਰੇ ਹੈ ਕਿਉਂਕਿ ਇਹਦੇ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ ਹੈ ਇੱਕ 에ਅਰਫੋਰਸ ਸਟੇਸ਼ਨ ਹੈ ਇੱਕ ਕੇਂਦਰੀ ਯੂਨੀਵਰਸਿਟੀ ਇੱਕ ਵੱਡਾ ਤੇਲ ਸੋਧਕ ਕਾਰਖਾਨਾ ਤਿੰਨ ਥਰਮਲ ਪਲਾਂਟ ਅਤੇ ਸਿੱਖਾਂ ਦਾ ਸਤਕਾਰਯੋਗ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਹੈ ਕੇਂਦਰੀ ਮੰਤਰੀ ਨਿਤਿਨ ਗੜਕਰੀ ਤੋਂ ਬਾਅਦ ਹੁਣ ਵਿਰੋਧੀ ਧਿਰ ਦੇ ਐਮਪੀਜ਼ ਨੇ ਸਿਹਤ ਬੀਮਾ ਅਤੇ ਜੀਵਨ ਬੀਮਾ ਤੇ ਜੀਐਸਟੀ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਸੰਸਦ ਦੇ ਗੇਟ ਦੇ ਰੋਸ ਮੁਜ਼ਾਹਰਾ ਕੀਤਾ ਜਿਸ ਵਿੱਚ ਰਾਹੁਲ ਗਾਂਧੀ ਵੀ ਸ਼ਾਮਲ ਹੋਏ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਨ ਗੜਕਰੀ ਨੇ 28 ਜੁਲਾਈ ਨੂੰ ਚਿੱਠੀ ਲਿਖ ਕੇ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸਿਤਰਮਨ ਨੂੰ ਜੀਵਨ ਅਤੇ ਮੈਡੀਕਲ ਬੀਮੇ ਤੇ ਲਾਗੂ ਜੀਐਸਟੀ ਹਟਾਉਣ ਦੀ ਮੰਗ ਕੀਤੀ ਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਗਿੱਦੜ ਬਾਹੇ ਤੋਂ ਸ਼ੁਰੂ ਹੋਣ ਵਾਲੀ ਮਾਲਵਾ ਨਹਿਰ ਤੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਭਗਵੰਤ ਮਾਨ ਜੀ 2022 ਦੇ ਵਿੱਚ ਤੁਸੀਂ ਭਾਵੇਂ ਜਿੱਤ ਗਏ ਪਰ ਪੰਜਾਬ ਦੇ ਲੋਕਾਂ ਨੂੰ ਜ਼ਿਆਦਾ ਦੇਰ ਬੇਵਕੂਫ ਨਹੀਂ ਬਣਾ ਸਕਦੇ ਵੜਿੰਗ ਨੇ ਜੋ ਜਿਹੜੀ ਮਾਲਵਾ ਨਹਿਰ ਬਣਾਉਣ ਦਾ ਦਾਵਾ ਕੀਤਾ ਜਾ ਰਿਹਾ ਉਹ ਸਿਰਫ ਗਿੱਦੜਬਾਹ ਦੀ ਜ਼ਿਮਨੀ ਚੋਂ ਨੂੰ ਲੈ ਕੇ ਫਰਜ਼ੀ ਦਾਵਾ ਹੈ ਬੰਦ ਕਰੋ ਬੇਤੁੱਕੇ ਦਾਵੇ ਲੋਕਾਂ ਲਈ ਕੰਮ ਕਰੋ ਯਾਨੀ ਕਿ ਵੜਿੰਗ ਦੇ ਮੁਤਾਬਿਕ ਇਹ ਨਹਿਰ ਬਣਨੀ ਹੀ ਨਹੀਂ ਇਹ ਸਿਰਫ ਤੇ ਸਿਰਫ ਐਲਾਨ ਹੀ ਕੀਤੇ ਜਾ ਰਹੇ ਨੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਰਿਆਣਾ ਵਿੱਚ ਦਿੱਤੇ ਭਾਸ਼ਣ ਤੇ ਸਵਾਲ ਚੁੱਕੇ ਨੇ ਜਿਸ ਵਿੱਚ ਸੀਐਮ ਨੇ ਦਾਵਾ ਕੀਤਾ ਸੀ ਕਿ ਪੰਜਾਬ ਦੇ ਸਾਰੇ ਪ੍ਰਸ਼ਟ ਲੀਡਰਾਂ ਨੂੰ ਅਸੀਂ ਜੇਲਾ ਚ ਪਾ ਦਿੱਤਾ ਬਾਜਵਾ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਕੀ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਵਿਜੇ ਸਿੰਘਲਾ ਫੌਜਾ ਸਿੰਘ ਤੇ ਸਰਬਜੀਤ ਕੌਰ ਮਾਨੂਕੇ ਜੇਲ੍ਹ ਦੇ ਵਿੱਚ ਹਨ ਉਹਨਾਂ ਤੇ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦਾ ਕੀ ਹੋਇਆ ਮਾਨ ਜ਼ਿੰਮੇਵਾਰ ਅਹੁਦੇ ਤੇ ਤਨਾਤ ਹਨ ਤੇ ਉਹਨਾਂ ਨੂੰ ਬੇਵਜਾ ਗਲਤ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਇਹ ਬਾਦਸ਼ਾਹ ਨੇ ਕਿਹਾ ਹੈ ਇਸੇ ਤਰ੍ਹਾਂ ਕਾਂਗਰਸ ਦੇ ਇੱਕ ਹੋਰ ਸੀਨੀਅਰ ਲੀਡਰ ਤੇ ਵਿਧਾਇਕ ਸੁਪਾਲ ਸਿੰਘ ਖਹਿਰਾ ਨੇ ਇਲਜ਼ਾਮ ਲਾਇਆ ਕਿ ਮਾਨ ਸਰਕਾਰ ਕਿਸਾਨਾਂ ਨੂੰ ਫਸਲੀ ਚੱਕਰ ਤੋਂ ਬਾਹਰ ਕੱਢਣ 'ਚ ਫੇਲ ਸਾਬਤ ਹੋਈ ਹੈ। ਉਹਨਾਂ ਨੇ ਇੱਕ ਖਬਰ ਨਸ਼ਰ ਕਰਦਿਆਂ ਕਿਹਾ ਕਿ ਪੰਜਾਬ 'ਚ ਇਸ ਵਾਰੀ ਰਿਕਾਰਡ ਪੱਧਰ ਤੇ ਝੋਨਾ ਬੀਜਿਆ ਗਿਆ ਹੈ। ਅਕਾਲੀ ਦਲ ਤੇ ਕਾਂਗਰਸ ਵੀ ਕਹਿੰਦੇ ਭਾਵੇਂ ਫਸਲੀ ਚੱਕਰ ਨੂੰ ਤੋੜਨ ਵਿੱਚ ਸਫਲ ਨਹੀਂ ਹੋ ਸਕੀਆਂ ਸੀ ਤਾਂ ਕਿ ਪਾਣੀ ਬਚਾਇਆ ਜਾ ਸਕੇ ਪਰ ਮਾਨ ਸਰਕਾਰ ਤਾਂ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਐਨਾ ਹੀ ਨਹੀਂ ਕਹਿੰਦੇ ਮਾਨ ਸਰਕਾਰ ਨੇ ਕੇਂਦਰ ਵੱਲੋਂ 299 ਕਰੋੜ ਫਸਲੀ ਚੱਕਰ ਨੂੰ ਲੈ ਕੇ ਜਿਹੜੇ ਦਿੱਤੇ ਸੀ ਉਸ ਨੂੰ ਉਸ ਨੂੰ ਵੀ ਨਹੀਂ ਖਰਚਿਆ ਕਿਉਂਕਿ ਸਰਕਾਰ ਦੇ ਕੋ ਯੋਜਨਾ ਹੀ ਨਹੀਂ ਹੈ ਇਸੇ ਮੁੱਦੇ ਤੇ ਐਮਪੀ ਅ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਬੋਲੇ ਹਨ ਉਹਨਾਂ ਨੇ ਵੀ ਸਰਕਾਰ ਤੇ ਫਸਲੀ ਚੱਕਰ ਨਾ ਤੋੜਨ ਦਾ ਇਲਜ਼ਾਮ ਲਾਉਂਦੇ ਕਿਹਾ ਕਿ ਪੰਜਾਬ ਦਾ ਪਾਣੀ 2039 ਤੱਕ 1000 ਫੁੱਟ ਹੇਠਾਂ ਚਲਾ ਜਾਊਗਾ ਤੇ ਇਹ ਦਾਵਾ ਕੇਂਦਰੀ ਗਰਾਊਂਡ ਵਾਟਰ ਬੋਰਡ ਨੇ ਕੀਤਾ ਹੈ ਇਸ ਨਾਲ ਪੰਜਾਬ ਦਾ ਖੇਤੀਬਾੜ ਅਰਥਚਾਰਾ ਪੂਰੀ ਤਰ੍ਹਾਂ ਬਰਬਾਦ ਹੋ ਜਾਊਗਾ ਤੇ ਸਰਕਾਰ ਕੋਈ ਵੀ ਕਦਮ ਨਹੀਂ ਚੁੱਕ ਰਹੀ